गुड मॉर्निंग लवली स्टूडेंट्स हवा यू आई होप यू ऑल आर फाइन प्यारे आज बार है शुक्रवार तरीक है ग्यारह सप्तर भी सौ भी अज पंजाब अचीवमेंट सर्वे पैस वी 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 भी सौ भी अभ्यास सीट नंबर सतारह लेके आए हाँ अच्छ असी अभ्यास सीट सतारा का विषा वातावरण सिक्ख्या कुछ प्रश्न सें जो कि इस प्रकार हैं ਅੱਲਾ ਬੇਸ਼ੱਕਾ ਊਠ ਦੇ ਪੈਰ ਚੋੜੇ ਅਤੇ ਗੱਦੇਦਾਰ ਹੁੰਦੇ ਹਨ ਊਠ ਕਈ ਦਿਨਾਂ ਤੱਕ ਪਾਣੀ ਤੋਂ ਬਿਨਾ ਰਹਿ ਸਕਦਾ ਹੈ ਇਸ ਕਰਕੇ ਊਠ ਨੂੰ ਕਿਹਾ ਜਾਂਦਾ ਹੈ ਪਹਿਲਾ ਆਪਸ਼ਨ ਅਨੋਖਾ ਜਾਨਵਰ ਦੇਗਿਸਤਾਨ ਦਾ ਜਹਾਜ਼ ਵੱਡਾ ਜਾਨਵਰ ਜਾਂ ਤਾਕਤਵਰ ਜਾਨਵਰ ਪਿਆਰੇ ਬੱਚਿਓ ਇੱਥੇ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਊਠ ਦੇ ਪੈਰ ਚੋੜੇ ਅਤੇ ਗੱਦੇਦਾਰ ਹੋਣ ਕਾਰਨ ਉਹ ਰੇਤ ਵਿੱਚ ਰੇਗਿਸਤਾਨ ਵਿੱਚ ਚੱਲਣ ਵਿੱਚ ਸਹਾਇਕ ਹੁੰਦਾ ਹੈ ਅਤੇ ਉਹ ਇੱਕ ਵਾਰ ਪਾਣੀ ਜੇ ਪੀ ਲਵੇ ਤੇ ਕਈ ਦਿਨਾਂ ਤੱਕ ਉਸ ਨੂੰ ਪਿਆਸ ਨਹੀਂ ਲੱਗਦੀ ਇਸ ਕਰਕੇ ਉਸ ਨੂੰ ਰੇਗਿਸਤਾਨ ਦਾ ਜਹਾਜ਼ ਆਖਦੇ ਹਾਂ ਇਸ ਲਈ ਸਾਡਾ ਆਪਸ਼ਨ ਹੋਵੇਗਾ ਨੰਬਰ 2 ਰੇਗਿਸਤਾਨ ਦਾ ਜਹਾਜ਼ ਦੂਸਰਾ ਪ੍ਰਸ਼ਨ ਕਰਦੇ ਹਾਂ ਜੇਕਰ ਤੁਸੀਂ ਦੂਰ ਦੁਰਾਡੇ ਕਿਸੇ ਨੂੰ ਪੈਸੇ ਭੇਜਣੇ ਚਾਹੁੰਦੇ ਹੋ ਤਾਂ ਸਾਨੂੰ ਕਿੱਥੇ ਜਾਣਾ ਪਵੇਗਾ ਆਪਸ਼ਨ ਹੈ ਹਸਪਤਾਲ ਪੁਲਿਸ ਸਟੇਸ਼ਨ ਬੈਂਕ ਜਾਂ ਖੇਡ ਦੇ ਮੈਦਾਨ ਪਿਆਰੇ ਬੱਚਿਓ ਤੁਹਾਨੂੰ ਆਪਾਂ ਦੱਸਤੀਏ ਕਿ ਜੇਕਰ ਅਸੀਂ ਪੈਸੇ ਜਮ੍ਹਾਂ ਕਰਵਾਉਣੇ ਹਨ ਜਾਂ ਕਢਵਾਉਣੇ ਹਨ ਜਾਂ ਕਿਸੇ ਨੂੰ ਦੂਰ ਭੇਜਣੇ ਹਨ ਤਾਂ ਪੈਸੇ ਦਾ ਲੈਣ ਦੇ ਲਈ ਸਾਨੂੰ ਬੈਂਕ ਵਿੱਚ ਜਾਣਾ ਪੈਂਦਾ ਹੈ ਇਸ ਲਈ ਇਸ ਦਾ 3 ਨੰਬਰ ਆਨਸਰ ਹੋਵੇਗਾ ਤੀਸਰਾ ਪ੍ਰਸ਼ਨ ਕਰਦੇ ਹਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਭੋਜਨ ਪ੍ਰਦਾਤ ਜਲਦੀ ਖਰਾਬ ਹੋ ਜਾਂਦਾ ਹੈ অপਸ਼ਨ ਹਨ ਕਣਕ ਬ੍ਰੈਡ ਦੁੱਧ ਜਾਂ ਚਾਵਲ ਸੋ ਪਿਆਰੇ ਬੱਚਿਓ ਦੁੱਧ ਜੋ ਹੈ ਉਹ ਜਲਦੀ ਖਰਾਬ ਹੋ ਜਾਂਦਾ ਹੈ ਇਸ ਲਈ ਇਸ ਦਾ ਸਹੀ ਜਵਾਬ ਹੋਵੇਗਾ ਨੰਬਰ 3 ਦੁੱਧ ਚੌਥਾ ਪ੍ਰਸ਼ਨ ਕਰਦੇ ਹਾਂ ਮੀਹ ਹਨੇਰੀ ਦੌਰਾਨ ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਡੈਸ਼ ਕਰਨਾ ਪੈਂਦਾ ਹੈ অপਸ਼ਨ ਹਨ ਬਹੁਤ ਖੁਸ਼ੀ ਹੁੰਦੀ ਹੈ ਕੋਈ ਨੁਕਸਾਨ ਨਹੀਂ ਹੁੰਦਾ ਡਰ ਨਹੀਂ ਲੱਗਦਾ ਜਾਂ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ प्यारे बच्चों जो भी लोग चुक्कियां ਵਿੱਚ ਰਹਿੰਦੇ ਹਨ ਤਾਂ ਮੀ ਹਨੇਰੀ ਵਿੱਚ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਇਸ ਦਾ ਆਨਸਰ ਹੋਵੇਗਾ ਨੰਬਰ 4 ਇਸ ਲਈ ਅਸੀਂ 4 ਤੇ ਟਿਕ ਲਗਾਵਾਂਗੇ ਪ੍ਰਸ਼ਨ ਨੰਬਰ 5 ਹੈ ਜੇਕਰ ਤੁਹਾਨੂੰ ਹੇਠ ਲਿਖਿਆਂ ਦਾ ਮਿਲਾਨ ਕਰਨ ਲਈ ਕਿਹਾ ਜਾਵੇ ਤਾਂ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਮਿਲਾਨ ਕਿਸ ਨਾਲ ਕਰੋ ਕਿਸ ਨਾਲ ਹੋਵੇਗਾ অপশন ਹਨ ਪੰਜਾਬ ਵਿੱਚ ਰਹਿਣ ਵਾਲੇ ਲੋਕ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕ Rajasthan ਵਿੱਚ ਰਹਿਣ ਵਾਲੇ ਲੋਕ ਸੋ ਵਿਦਿਆਰਥੀਆਂ ਨੂੰ ਸਾਨੂੰ ਪੁੱਛਿਆ ਗਿਆ ਹੈ ਕਿ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਮਿਲਾਨ ਕਿਸ ਨਾਲ ਕਰਾਂਗੇ ਇੱਥੇ ਅਸੀਂ ਦੱਸ ਤੀਏ ਕਿ ਸਮੁੰਦਰ ਦੇ ਨਜ਼ਦੀਕ ਜੋ ਵੀ ਲੋਕ ਰਹਿੰਦੇ ਹਨ ਉਹ ਉਹੀ ਚੀਜ਼ ਖਾਣਗੇ ਜੋ ਉਹਨਾਂ ਨੂੰ ਆਸਾਨੀ ਨਾਲ ਮਿਲ ਜਾਏਗੀ ਸੋ ਸਮੁੰਦਰ ਦੇ ਨੇੜੇ ਜੋ ਲੋਕ ਰਹਿੰਦੇ ਹਨ ਉਹਨਾਂ ਨੂੰ ਆਸਾਨੀ ਨਾਲ ਮੱਛੀ ਮਿਲ ਜਾਏਗੀ ਕਿਉਂਕਿ ਉਹ ਸਮੁੰਦਰ ਦੇ ਵਿੱਚੋਂ ਕੱਢ ਕੇ ਆਪਣਾ ਭੋਜਨ ਪ੍ਰਾਪਤ ਕਰ ਲੈਣਗੇ ਇਸ ਲਈ ਇਸ ਦਾ ਸਹੀ ਜਵਾਬ ਹੋਵੇਗਾ ਮੱਛੀ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦਾ ਮਿਲਾਨ ਨਹੀਂ ਕਰਾਂਗੇ ਮੱਕੀ ਦੀ ਰੋਟੀ ਨਾਲ ਰਾਜਸਥਾਨ ਵਿੱਚ ਰਹਿਣ ਵਾਲੇ ਲੋਕਾਂ ਦਾ ਮਿਲਾਨ ਕਰਾਂਗੇ ਅਸੀਂ ਦਾਲ ਪਾਟੀ ਨਾਲ ਅਤੇ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਮਿਲਾਨ ਕਰਾਂਗੇ ਅਸੀਂ ਮੱਛੀ ਨਾਲ ਸੋ ਪਿਆਰੇ ਵਿਦਿਆਰਥੀਓ ਇਹ ਸੀ ਸਾਡੇ ਅੱਜ ਦੇ ਵਾਤਾਵਰਣ ਅਭਿਆਸ ਤੇ ਪ੍ਰਸ਼ਨ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਗੀ ਤੁਸੀਂ ਇਹ ਪ੍ਰਸ਼ਨ ਨੋਟ ਵੀ ਕਰਨੇ ਹਨ ਠੀਕ ਹੈ ਜੀ ਧੰਨਵਾਦ ਜੀ